ਪਹਿਲੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ, ਵਰਕਰਾਂ ਸਾਹਮਣੇ ਕੋਈ ਧੱਕਾ ਨਹੀਂ ਕਰ ਸਕਦਾ। ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਕੋਈ ਮੁੱਖ ਮੰਤਰੀ ਦਾ ਕੰਟਰੋਲ ਨਹੀਂ, ਕੋਈ DGP ਦਾ ਕੰਟਰੋਲ ਨਹੀਂ। ਤੁਸੀਂ DGP ਨੂੰ ਹੁਣ ਟੈਲੀਫੋਨ ਕਰੋ, ਤੁਹਾਨੂੰ ਟੈਲੀਫੋਨ ਤਾਂ ਨਹੀਂ ਮਿਲੂਗਾ। ਨਸ਼ੇ ਵੱਧ ਗਏ ਆ, ਕਿਉਂ ਵੱਧ ਗਏ ਆ? ਸਾਰੇ ਨਸ਼ੇ ਨੂੰ ਪੇਟਣੇ 'ਚ ਕਾਂਗਰਸ ਦੇ MLA ਕਰ ਰਹੇ ਆ। ਨਸ਼ੇ ਵੇਚਣ ਵਾਲਿਆਂ ਨੂੰ ਮੰਥਲੀ ਲੈਂਦੇ ਆ ਕਾਂਗਰਸ ਦੇ MLA। ਤਾਂਹੀਓ ਹੁਣ ਨਸ਼ੇ ਵਾਲੇ ਪੁਲਿਸ ਤੋਂ ਵੀ ਡਰਦੇ। ਹੁਣ ਹੁਣ ਕਹਿਣਗੇ ਸਾਨੂੰ ਤਾਂ ਮੰਤਰੀ ਸਾਡੇ ਨਾਲ ਆ, ਸਾਡੇ MLA ਕੀ ਕਰੂਗਾ? ਜਿਹੜਾ ਥਾਣੇਦਾਰ ਕੰਦਾ ਲਊਗਾ ਅਸੀਂ ਬਦਲ ਦਾਂਗੇ। ਅੱਜ ਮੇਰਾ ਦਾਖੇ ਹਲਕੇ ਦਾ ਟੂਰ ਹੈ। ਤੁਸੀਂ ਆਪ ਦੇਖਦੇ ਹੋ ਕਿ ਕਿੰਨਾ ਵਧੀਆ ਰਿਸਪੋਂਸ ਹੈ। ਲੋਕ ਜੋ ਮਨਪ੍ਰੀਤ ਯਾਲੀ ਦੇ ਕੰਮਾਂ ਨੂੰ ਯਾਦ ਕਰਦੇ ਆ, ਜੋ ਡਿਵੈਲਪਮੈਂਟ ਮਨਪ੍ਰੀਤ ਯਾਲੀ ਨੇ ਦਾਖੇ ਹਲਕੇ 'ਚ ਕੀਤੀ ਆ, ਇੱਕ ਮਿਸਾਲ ਹੈ, ਇਗਜ਼ਾਮਪਲ ਹੈ। ਮੈਨੂੰ ਲੱਗਦਾ ਪੂਰੇ ਇੰਡੀਆ ਵਿੱਚ ਇੱਕ ਇਹਦੇ ਵਰਗਾ, ਇਹਨਾਂ ਵਰਗਾ ਕੋਈ MLA ਨਹੀਂ ਹੋਣਾ ਜਿਨ੍ਹਾਂ ਨੇ ਬੜੇ ਸਾਇੰਟੀਫਿਕਲੀ ਬੜੇ ਵਧੀਆ ਤਰੀਕੇ ਨੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰਾਈ। ਪਹਿਲੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ, ਵਰਕਰਾਂ ਸਾਹਮਣੇ ਕੋਈ ਧੱਕਾ ਨਹੀਂ ਕਰ ਸਕਦਾ। ਸਿੱਧੀ ਗੱਲ ਹੈ, ਨਾ ਧੱਕਾ, ਨਾ ਸਾਡੇ ਗੁਰੂ ਸਭਾ ਨੇ ਸਿਖਾਇਆ ਨਾ ਜ਼ੁਲਮ ਕਰਨਾ ਅਤੇ ਨਾ ਜ਼ੁਲਮ ਸਹਿਣਾ। ਸ਼ਿਕਾਇਤਾਂ ਦਾ ਫਰਜ਼ ਹੈ, ਉਹ ਤਾਂ ਇਨਫੋਰਮ ਤਾਂ ਕਰਨਾ ਹੀ ਨਾ, ਜਿਵੇਂ ਅਸੀਂ ਮੀਡੀਆ ਨੂੰ ਇਨਫੋਰਮ ਕਰਦੇ ਹਾਂ, ਉਹ ਤਾਂ ਕਰਨਾ ਹੀ ਸਾਡਾ ਫਰਜ਼ ਹੈ। ਯਾਰ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਆਹ ਗੱਲ ਤੁਸੀਂ SGPC ਦੇ SGPC ਤੋਂ ਪੁੱਛੋ। ਸੋ ਕਹਿਣਾ ਇਸੇ ਕਿ ਡੀਫੈਕਟੋ ਹੈੱਡ ਆਫ ਪੰਜਾਬ ਗਵਰਨਮੈਂਟ ਇਹ ਸੋਨੀਆ ਗਾਂਧੀ ਹੈ, ਕਹਿਣਾ ਸੀ ਇਹਦਾ? ਐਵੇਂ ਗੱਲਾਂ ਮਰੀਆਂ ਨੇ। ਮੈਂ ਤੁਹਾਨੂੰ ਅੱਜ ਦੱਸਦਾ ਕਿ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਕੋਈ ਮੁੱਖ ਮੰਤਰੀ ਦਾ ਕੰਟਰੋਲ ਨਹੀਂ, ਕੋਈ DGP ਦਾ ਕੰਟਰੋਲ ਨਹੀਂ। ਤੁਸੀਂ DGP ਨੂੰ ਹੁਣ ਟੈਲੀਫੋਨ ਕਰੋ, ਤੁਹਾਨੂੰ ਟੈਲੀਫੋਨ ਤਾਂ ਨਹੀਂ ਮਿਲੂਗਾ। ਜਿਸ ਪੁਲਿਸ ਦਾ DGP ਨੇ ਟੈਲੀਫੋਨ 'ਤੇ ਮਿਲੇ ਜਾਂ ਸਰਕਾਰ ਨੂੰ ਟੈਲੀਫੋਨ ਕੋਈ ਹੈ ਨਹੀਂ, ਤੁਹਾਨੂੰ ਅੱਜ ਤੁਹਾਡੀ ਕੋਈ ਤਕਲੀਫ ਆ, ਕਿਹਦੇ ਕੋਲ ਜਾਓਗੇ? ਕਿਸੇ ਕੋਲ ਜਾ ਨਹੀਂ ਸਕਦੇ। ਮੰਤਰੀ ਨੂੰ ਨਹੀਂ ਪਤਾ ਮੈਂ CM ਕੋਲ ਮਿਲਣਾ, ਮੈਂ ਕਿੱਥੇ ਮਿਲਾਂ, ਕਦੋਂ ਗੱਲ ਕਰ ਸਕਾਂ? ਜੇ ਹਾਲਾਤ ਐਸੀ ਹੋਏ, ਫਰਸਟ੍ਰੇਸ਼ਨ ਹੈ, ਲੋਕ ਹੁਣ ਡਾਇਰੈਕਸ਼ਨ ਲੈਸ ਹੈ, ਪੁਲਿਸ ਨੂੰ ਪਤਾ ਨਹੀਂ ਕੀ ਕਰਨਾ ਕੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, 5 ਸਾਲ ਅਗਲੇ ਟੱਪ ਜਾਣਗੇ, ਉਹ ਕਈ ਕਹੀ ਜਾਊਗੀ ਅਸੀਂ ਨਸ਼ੇ ਕੰਮ ਖਤਮ ਕਰਾਂਗੇ। ਹੁਣ ਉਹਨੂੰ ਕਦਾ, ਉਹਨਾਂ ਨੇ ਗੁਰਕਾ ਸਾਹਿਬ ਦੀ ਸੌਂਹ ਕੀਤੀ 100 ਦਿਨ ਦੀ। ਨਸ਼ੇ ਵੱਧ ਗਏ ਆ, ਕਿਉਂ ਵੱਧ ਗਏ ਆ? ਸਾਰੇ ਨਸ਼ੇ ਨੂੰ ਪੇਟਣੇ 'ਚ ਕਾਂਗਰਸ ਦੇ MLA ਕਰ ਰਹੇ ਆ। ਨਸ਼ੇ ਵੇਚਣ ਵਾਲਿਆਂ ਨੂੰ ਮੰਥਲੀ ਲੈਂਦੇ ਆ ਕਾਂਗਰਸ ਦੇ MLA, ਮੰਥਲੀ ਲੈ ਕੇ ਪ੍ਰੋਟੈਕਸ਼ਨ ਦੇ ਰਹੇ, ਪੁਲਿਸ ਪ੍ਰੋਟੈਕਸ਼ਨ। ਤਾਂਹੀਓ ਅੱਜ ਹਾਲਾਤ ਬਣੀ ਪਈ ਹੈ। ਤਾਂਹੀਓ ਹੁਣ ਨਸ਼ੇ ਵਾਲੇ ਪੁਲਿਸ ਤੋਂ ਵੀ ਡਰਦੇ। ਹੁਣ ਕਹਿਣਗੇ ਸਾਨੂੰ ਤਾਂ ਮੰਤਰੀ ਸਾਡੇ ਨਾਲ ਆ, ਸਾਡੇ MLA ਕੀ ਕਰੂਗਾ? ਜਿਹੜਾ ਥਾਣੇਦਾਰ ਪੰਗਾ ਲਊਗਾ ਅਸੀਂ ਬਦਲ ਦਾਂਗੇ। ਮੈਂ ਤੁਹਾਨੂੰ ਐਕਚੁਲੀ ਉਹਨਾਂ ਸ਼ੈ ਇੰਨੀ ਹੈ ਕਿ ਉਹਨਾਂ ਨੂੰ ਸ਼ੈ ਇੰਨੀ ਹੈ ਕਿ ਉਹ ਕਹਿੰਦੇ ਕਿ ਸਾਨੂੰ ਤਾਂ ਡਰ ਹੀ ਨਹੀਂ ਹੈ। ਆਈ ਥਿੰਕ ਇਟਸ ਅ ਵੈਰੀ ਸੀਰੀਅਸ ਮੈਟਰ, ਵੀ ਨੀਡ ਟੂ ਟਾਈਟਨ ਅਪ ਆ ਬਾਰਡਰ ਸਿਕਿਉਰਟੀ ਐਂਡ ਇਹਦੇ ਕੋਈ ਟੈਕਨੋਲੋਜੀ ਨਾਲ ਯੂਜ਼ ਕਰਕੇ ਵੀ ਸ਼ੁੱਡ ਡੂ ਸਮਥਿੰਗ। ਸੁਖਬੀਰ ਜੀ, ਗੱਲ ਦੱਸੋ, ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਜੀ? ਜਿਵੇਂ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਅਲਾਇੰਸ ਪਾਰਟੀ ਹੈ ਉਹ ਕਈ ਵਾਰੀ ਉੱਥੇ ਅਲੱਗ। ਯਾਰ ਕੋਈ ਨਹੀਂ, ਮੈਂ ਤਾਂ ਅੱਜ ਦੀ ਤਰੀਕ ਦੇ ਵਿੱਚ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੇ ਦਮ ਤੇ ਲੜਨ 'ਚ ਸਮਰੱਥ ਹੈਗਾ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਵੀ ਬੁੜੇ ਹੋ ਜਾਣਾ, ਮੈਂ ਵੀ ਬੁੜੇ ਹੋ ਜਾਊਂਗਾ, ਅਕਾਲੀ ਦਲ BJP ਇਕੱਠੀ ਰਹਿਣਾ। ਅੱਜ ਵੀ ਕਾਂਗਰਸੀ ਕੈਂਡੀਡੇਟ ਮੁੱਲਾਪੁਰ ਦਾਖਾ ਦਾ ਜਗਰਾਉਂ ਦੇ ਇੱਕ ਪੈਲਸ ਦੇ ਵਿੱਚ ਸਰਕਾਰੀ ਸੁਸਾਇਟੀਆਂ ਦੇ ਜਿਹੜੇ ਮੈਨੇਜਰ, ਉਹਨਾਂ ਨੂੰ ਇਕੱਠੇ ਕਰਕੇ ਨਾਲ ਮੰਤਰੀ ਰੰਧਾਵਾ ਜੀ ਆਏ ਹੋਏ, ਨਾਲ ਅਮਰੀਕ ਸਿੰਘ ਧਾਲੀਵਾਲ, ਉਹਨਾਂ ਦਾ ਪ੍ਰੈਸ਼ਰ ਪਾ ਰਿਹਾ ਵੀ ਤੁਸੀਂ ਕਾਂਗਰਸ ਹੱਥ ਛੋਟਾ ਪਾਓ। ਮੈਂ ਕਹਿ ਰਿਹਾ ਸਾਰੀ ਮਿਸਯੂਜ਼ ਆਫ ਮਸ਼ੀਨਰੀ। ਹੁਣ ਕਾਂਗਰਸ ਨੂੰ ਪਤਾ ਲੱਗ ਗਿਆ ਪੈਰ ਥੱਲੋਂ ਖਸ ਗਏ ਇਲਾਕੇ 'ਚ, ਸਾਰੀ ਮਿਨਿਸਟਰ, ਸਾਰੇ ਮਹਿਕਮੇ ਵਾਲੇ, ਸਾਰੇ ਐਕਸਾਈਜ਼ ਵਾਲੇ, ਸ਼ੈਲਰਾਂ ਵਾਲੇ, ਸਾਰੇ ਇੰਸਪੈਕਟਰ, ਸਾਰਿਆਂ ਨੂੰ ਜਿਹੜਾ ਹੈਗਾ ਆਪਣੇ BDO, ਸਾਰੇ ਜੇ
ਸਾਰੇ ਸਰਪੰਚਾਂ ਨੂੰ ਪ੍ਰੈਸ਼ਰ ਪਾ ਰਿਹਾ ਕਿ ਹੁਣ ਕਿਵੇਂ ਨਾ ਕਿਵੇਂ ਕਾਂਗਰਸ ਸਪੋਰਟ ਕਰੋ। ਜਿੰਨਾ ਮਰਜ਼ੀ ਪ੍ਰੈਸ਼ਰ ਲਾ ਲਓ, ਕਾਂਗਰਸ ਹੀ ਜਿੱਦੀ। ਮੈਂ ਤੁਹਾਨੂੰ ਦੱਸਾਂ,